ਕੈਨੇਡਾ ਗਿਆ ਮੁੰਡਾ ਆਪਣੀ ਪਤਨੀ ਤੋਂ ਚੋਰੀ, ਜਦੋਂ ਕੁੜੀ ਨੇ ਖੋਲਿਆ ਗੇਟ ਤਾਂ ਉੱਡ ਗਏ ਮੌਕੇ ਉੱਤੇ ਹੋਸ਼, ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਸਾਫ਼ ਦੇਖ ਸਕਦੇ ਹੋ। ਜਿਵੇਂ ਕਿ ਦੋ ਤੋਂ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਕਿ ਵਿਦੇਸ਼ਾਂ ਦੇ ਵਿੱਚ ਕੁੜੀ ਵੱਲੋਂ ਆਪਣੇ ਪਤੀ ਨੂੰ ਬੁਲਾਇਆ ਜਾਂਦਾ ਹੈ, ਪਰ ਜਦੋਂ ਅਚਾਨਕ ਮੁੰਡੇ ਦਾ ਵੀਜ਼ਾ ਆਇਆ ਤਾਂ ਇਸ ਮੁੰਡੇ ਨੇ ਆਪਣੀ ਘਰਵਾਲੀ ਨੂੰ ਪੂਰਾ ਵੀ ਨਹੀਂ ਦੱਸਿਆ ਕਿ ਉਹ ਕਦੋਂ ਜਹਾਜ਼ ਚੜ੍ਹੇਗਾ। ਪਰ ਜਦੋਂ ਦੋਸਤ ਉਸਨੇ ਆਪਣੇ ਹੀ ਘਰਵਾਲੀ ਦੇ ਘਰ ਦਾ ਜਦੋਂ ਬੂਹਾ ਖੜਕਾਇਆ ਤਾਂ ਮੌਕੇ 'ਤੇ ਹੀ ਉੱਡ ਕੇ ਹੋਸ਼, ਅਤੇ ਅੱਧੀ ਰਾਤ ਨੂੰ ਆਇਆ ਉਸ ਦਾ ਪਤੀ। ਜਿੱਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੀ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਅਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼ ਸਾਫ਼ ਦੇਖ ਸਕਦੇ ਹੋ। ਤੁਹਾਨੂੰ ਇਹ ਵੀਡੀਓ ਦੁਬਾਰੇ ਦਿਖਾ ਰਿਹਾ, ਕੁੜੀ ਭੱਜ ਕੇ ਬੂਹਾ ਖੋਲ੍ਹਦੀ ਹੈ ਆਵਾਜ਼ ਦੀ ਪਹਿਚਾਣ ਕਰਕੇ, ਪਰ ਕੁੜੀ ਨੂੰ ਪੂਰਾ ਵੀ ਨਹੀਂ ਪਤਾ ਸੀ ਕਿ ਉਸਦਾ ਪਤੀ ਅੱਜ ਘਰ ਦੇ ਵਿੱਚ ਆ ਗਿਆ। ਜਿਵੇਂ ਕਿ ਦੋਸਤੋ ਦੇਖਿਆ ਜਾਵੇ ਅੱਗੇ ਭਵਿੱਖ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਬੱਸ ਰਹੀ ਪੰਜਾਬ ਦੀ ਜਵਾਨੀ, ਜੋ ਕਿ ਦਿਨ ਪਰ ਦਿਨ ਵਿਦੇਸ਼ਾਂ ਦੇ ਵਿੱਚ ਜਾ ਰਹੇ ਹਨ, ਪਰ ਵਿਦੇਸ਼ਾਂ ਦੇ ਵਿੱਚ ਰਹਿ ਕੇ ਜੋ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਤਾਂ ਫਿਰ ਯਾਦ ਪੰਜਾਬ ਨੂੰ ਕਰਦੇ ਹਨ ਕਿ ਦੋਸਤੋ ਤੁਸੀਂ ਵਿਦੇਸ਼ ਜਾਣਾ।